ਅਜੀਲ ਜਰਾਂ ਨੂੰ ਮੇਰਾ ਨਾਮ ਪਾਲੀ ਵੀਰੋਕੇ ਤਾਂ ਜੋ ਆਪਣੀ ਤੂੰ ਵੀ ਸੀਰੀਜ਼ ਆ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਰਿਸਪੌਂਸ ਆ ਰਿਹਾ ਤੁਹਾਡਾ ਤੇ ਅ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਿਕਲੀ ਕੋਈ ਥਿਊਰੀ ਜਾਂ ਕੋਈ ਪ੍ਰੈਕਟੀਕਲ ਨਹੀਂ ਕਰ ਰਹੇ ਅੱਜ ਦੀ ਜੋ ਇਹ ਵੀਡੀਓ ਹੈ ਇਹਦੇ ਵਿੱਚ ਆਪਾਂ ਇਹੋ ਜਿਹੀ ਤਿੰਨ ਟ੍ਰਿਕਸ ਦੱਸਾਂਗੇ ਜੋ ਇੱਕ ਪ੍ਰੋਫੈਸ਼ਨਲ ਤੂੰਬੀ ਪਲੇਅਰ ਯੂਜ਼ ਕਰਦਾ ਹੈ ਜਿਸ ਨਾਲ ਉਹਦੀ ਐਕਚੁਅਲ ਜੋ ਤੂੰਬੀ ਵਜਾਉਣ ਦੀ ਕੁਆਲਿਟੀ ਹੋਰ ਜ਼ਿਆਦਾ ਇਨਹਾਂਸ ਹੁੰਦੀ ਹੈ ਤੇ ਉਹ ਛੋਟੀ ਛੋਟੀ ਬਰੀਕੀ ਹੁੰਦੀਆਂ ਨੇ ਜਿੰਨਾ ਕਰਕੇ ਇੱਕ ਪ੍ਰੋਫੈਸ਼ਨਲ ਤੇ ਇੱਕ ਨੂਬ ਜਾਂ ਇੱਕ ਨਿਊ ਵੀ ਜੋ ਨਵਾਂ ਤੂੰਬੀ ਪਲੇਅਰ ਹੈ ਉਹਦੇ ਵਿੱਚ ਡਿਫਰੈਂਸ ਪਤਾ ਕੀਤਾ ਜਾਂਦਾ ਹੈ ਵੀ ਆਰ ਇਹ ਬੰਦਾ ਨਿਊ ਐ ਮਤਲਬ ਨਵਾਂ ਹਲੇ ਤੂੰਬੀ ਵਜਾਉਣ ਵਿੱਚ ਇੱਕ ਪਤਾ ਲੱਗਦਾ ਵੀ ਇਹ ਪ੍ਰੋਫੈਸ਼ਨਲ ਹੈ ਦਾ ਇਸ ਵਿੱਚ ਕਿਹੋ ਜੀ ਟ੍ਰਿਕ ਵੀ ਹੈ ਜੋ ਕਾਫੀ ਘੱਟ ਲੋਕ ਯੂਜ਼ ਕਰਦੇ ਆ ਪਰ ਉਹ ਸੁਣ ਵਿੱਚ ਬਹੁਤ ਵਧੀਆ ਲੱਗਦੀ ਹੈ ਰੀਸੈਂਟਲੀ ਅੱਜ ਤੋਂ 4-5 ਸਾਲ ਪਹਿਲਾਂ ਮੈਂ ਇਹ ਜਤਿੰਦਰ ਢੀਮਾਨ ਵਾਈ ਹੈ ਤੂੰਬੀ ਵਜਾਉਂਦੇ ਆ ਤੇ ਉਹਨਾਂ ਦੇ ਇੱਕ ਗਾਣੇ ਵਿੱਚ ਉਹਨਾਂ ਨੇ ਉਹ ਯੂਜ਼ ਕੀਤੀ ਸੀ ਮੈਨੂੰ ਬਹੁਤ ਸੋਹਣੀ ਲੱਗੀ ਮੈਨੂੰ ਲੱਗਿਆ ਉਹ ਵੀ ਆਪਾਂ ਨੂੰ ਦੱਸਣੀ ਚਾਹੀਦੀ ਤਾਂ ਪਹਿਲਾਂ ਆਪਾਂ ਉਸੇ ਦੀ ਸ਼ੁਰੂ ਕਰਦੇ ਆਂ ਜੋ ਮੈਂ ਚੀਜ਼ ਹੁਣ ਤੁਹਾਨੂੰ ਵਜਾ ਕੇ ਦਿਖਾਉਣ ਜਾ ਰਿਹਾ ਆਂ ਇਹ ਮੈਂ ਜਤਿੰਦਰ ਜਮਾਨ ਬਾਈ ਦਾ ਲੌਂਗ ਦਾ ਲਿਸ਼ਕਾ ਰਾਗਾ ਗਾਣਾ ਉਹਨਾਂ ਨੇ ਇੱਕ ਕਵਰ ਸੌਂਗ ਟਾਈਪ ਕੀਤਾ ਸੀ ਬਹੁਤ ਸੋਹਣਾ ਗਾਣਾ ਮਤਲਬ ਬਾਈ ਨੇ ਉਹਦੇ ਵਿੱਚ ਤੂੰ ਵੀ ਬਹੁਤ ਸੋਹਣੀ ਵਜਾਈ ਮਤਲਬ ਹਰ ਇੱਕ ਚੀਜ਼ ਪਰਫੈਕਟ ਸੀ ਤਾਂ ਤੂੰ ਵੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਆਪਾਂ ਜਿਹੜਾ ਬੇਸਿਕਲੀ ਆਪਾਂ ਐਦਾਂ ਵਜਾਉਨੇ ਆ ਹਨਾ ਉਹਨਾਂ ਨੇ ਕੀਤਾ ਜਦੋਂ ਇਹ ਇੱਧਰ ਵਜਾ ਰਹੇ ਨੇ ਤਾਂ ਜੋ ਆਹ ਵਾਲਾ ਹਨਾ ਇਹਨੂੰ ਜਿਹੜਾ ਆਪਾਂ ਕਹਿੰਦੇ ਚਮ ਚਮ ਨੂੰ ਇੱਥਾਂ ਏਦਾਂ ਹੱਥ ਰੱਖ ਕੇ ਦੱਬਿਆ ਇੱਕ ਕਾਫੀ ਸੋਨਾ ਜਿਹਾ ਸਾਊਂਡ ਆ ਰਿਹਾ ਕਾਫੀ ਅਲੱਗ ਜਿਹਾ ਸਾਊਂਡ ਆ ਰਿਹਾ ਅਗਰ ਤੁਸੀਂ ਸੁਣ پا ਰਹੇ ਹੋ ਦੁਬਾਰਾ ਮੈਂ ਸੁਣਾਉਣਾ ਇਹ ਸਾਊਂਡ ਤਾਂ ਜੇ ਤੁਸੀਂ ਨੇ ਅਜ ਤੱਕ ਇਹ ਸਾਊਂਡ ਨਹੀਂ ਸੁਣਿਆ ਜਾਂ ਇਹ ਸਾਊਂਡ ਵਰ ਹੁਣ ਨਹੀਂ ਪਤਾ ਕਾਫੀ ਤਰੀਕੇ ਨਾਲ ਤੁਸੀਂ ਆਪਦੇ ਗਾਣੇ ਯੂਜ਼ ਕਰ ਸਕਦੇ ਹੋ ਇੱਕ ਸਥਾਈ ਦੇ ਤੌਰ ਤੇ ਲਾਈਕ ਤੁਸੀਂ ਗਾਣਾ ਸ਼ੁਰੂ ਕਰਨਾ ਤਾਂ ਉਹਦੇ ਵਿੱਚ ਇਦਾਂ ਸ਼ੁਰੂ ਕਰ ਸਕਦੇ ਹੋ ਸੌਰੀ ਇਦਾਂ ਮਤਲਬ ਕਾਫੀ ਸੋਨਾ ਸਾਊਂਡ ਹੈ ਕਾਫੀ ਜ਼ਿਆਦਾ ਇੱਕ ਡਿਫਰੈਂਟ ਜੀ ਚੀਜ਼ ਹੈ ਜਦੋਂ ਜੀ ਉਹਦੇ ਗਾਣੇ ਵਿੱਚ ਯੂਜ਼ ਕਰ ਸਕਦੇ ਹਾਂ ਇੱਕ ਅਲੱਗ ਤਰੀਕੇ ਨਾਲ ਤੁਮ ਵੀ ਕਿਉਂਕਿ ਹਰ ਇੱਕ ਬੰਦਾ ਆਹ ਚੀਜ਼ ਆ ਹਰ ਇੱਕ ਬੰਦੇ ਨੇ ਸੁਣੀ ਹੋਈ ਆ ਨਾ ਆ ਪਰ ਜਦੋਂ ਕੋਈ ਐਦਾਂ ਵਜਾਉਂਦਾ ਮਤਲਬ ਇਹ ਥੋੜੀ ਕ੍ਰੀਏਟੀਵਿਟੀ ਹੈ ਵੈਸੇ ਤੁਸੀਂ ਇਹਨੂੰ ਵਜਾ ਕੇ ਕਿਸੇ ਵੀ ਤਰੀਕੇ ਦਾ ਪੈਟਰਨ ਦੇ ਵਿੱਚ ਯੂਜ਼ ਕਰਕੇ ਇਹਨੂੰ ਆਪਣੇ ਗਾਣੇ ਦੇ ਵਿੱਚ ਜਾਂ ਕਿਸੇ ਦੇ ਗਾਣੇ ਦੇ ਵਿੱਚ ਜਾਂ ਕਿਸੇ ਨੂੰ ਐਂਟਰਟੇਨਮੈਂਟ ਕਰਨ ਲਈ ਐਂਟਰਟੇਨ ਕਰਨ ਲਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕਾਫੀ ਕੈਂਟ ਚੀਜ਼ ਹੈ ਤੇ ਬਿਲਕੁਲ ਸਿੰਪਲ ਹੈ ਵੈਸੇ ਇਦਾਂ ਵਜਾਉਣਾ ਇਧਰ ਜਿਦੋਂ ਤੇ ਦਬਣਾ ਤਾਂ ਇਹ ਬਸ ਇਹਨੂੰ ਪ੍ਰੈਸ ਕਰਨਾ ਆ ਜੋ ਆਜ ਵਾਲਾ ਨਾ ਇਦਾਂ ਬਸ ਬਿਲਕੁਲ ਈਜ਼ੀ ਹੈ ਸੋ ਇਹ ਪਹਿਲਾ ਇਹ ਪਹਿਲੀ ਟ੍ਰਿਕ ਸੀ ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਟ੍ਰਿਕ ਦੀ ਦੂਜੀ ਟ੍ਰਿਕ ਜੋ ਜ਼ਿਆਦਾਤਰ ਪ੍ਰੋਫੈਸ਼ਨਲ ਤੂੰ ਵੀ ਪਲੇਅਰ ਯੂਜ਼ ਕਰਦੇ ਆ ਉਹ ਕੀ ਕਰਦੇ ਆ ਜਿੱਦਾਂ ਆਪਾਂ ਮਤਲਬ ਨਾਰਮਲੀ ਕੋਈ ਬਿਲਕੁਲੀ ਇੱਕ ਸਿੰਪਲ ਜੀ ਟਿਊਨ ਵਜਾ ਰਿਹਾ ਏਦਾਂ ਆਪਾਂ ਇਦਾਂ ਵਜਾ ਰਹੇ ਮੰਨ ਕੇ ਬਿਲਕੁਲੀ ਸਿੰਪਲ ਵਜਾਈਏ ਮੈਂ ਚੀਜ਼ ਇਹਦੇ ਵਿੱਚ ਉਹ ਕੀ ਕਰਦੇ ਨੇ ਜਦੋਂ ਆਹ ਚੀਜ਼ ਵਜਾਉਂਦੇ ਨੇ ਤਾਂ ਉਹ ਅਬਦੀ ਜੋ ਆਹ ਉਂਗਲਾ ਜਾਂ ਆਹ ਉਂਗਲਾ ਇਹਨਾਂ ਦੋਨਾਂ ਵਿੱਚੋਂ ਜੋ ਤਾਰ ਦੇ 사운 ਨੂੰ ਖਤਮ ਕਰਦੇ ਨੇ ਜਿੱਦਾਂ ਮਤਲਬ ਵਜਾਉਂਦੇ ਵਜਾਉਂਦੇ 사운ਡ ਨੂੰ ਖਤਮ ਕਿਉਂਕਿ ਜਦੋਂ ਆਪਾਂ ਮਤਲਬ ਨਾ ਇਹਨੂੰ ਤੂੰ ਵੀ ਦੇ ਇਸ ਤਾਰ ਉੱਪਰ ਛੇੜਦੇ ਆ ਹੁਣ ਤੱਕ 사운ਡ ਮੁੱਕਿਆ ਮਤਲਬ ਕਿੰਨਾ ਮੈਂ ਥੋੜਾ ਨੇੜੇ ਕਰਕੇ ਸੁਣਾ ਨਾ ਤਾਂ ਜਿੰਨਾ ਟਾਈਮ ਜੋ ਤਾਰ ਵਾਈਬ੍ਰੇਟ ਕਰਦੀ ਆ ਉੰਨਾ ਟਾਈਮ ਸਾਨੂੰ 사운ਡ ਸੁਣਦਾ ਰਹਿੰਦਾ ਪਰ ਕਿਤੇ ਨਾ ਕਿਤੇ ਕਦੇ ਨਾ ਕਦੇ ਇਹੋ ਜੀ ਮੂਵਮੈਂਟ ਹੁੰਦੀ ਹੈ ਜਿੱਥੇ ਆਪਾਂ ਨੂੰ ਇਹਨੂੰ ਕੱਟ ਕਰਨਾ ਹੁੰਦਾ ਹੈ ਮਤਲਬ ਜਿਹਦੇ ਵਿੱਚ ਆਪਾਂ ਨੂੰ ਇੱਕਦਮ ਕੱਟ ਕਰਨਾ ਹੁੰਦਾ ਉਹਦੇ ਨਾਲ ਉਹਦੀ ਜੋ ਟਿਊਨ ਦੀ ਖੂਬਸੂਰਤੀ ਆ ਉਹ ਜ਼ਿਆਦਾ ਵੱਜ ਜਾਂਦੀ ਹੈ ਪਰ ਆਪਾਂ ਨੂੰ ਉਹ ਚੀਜ਼ ਬਾਰੇ ਪਤਾ ਨਹੀਂ ਲੱਗਦਾ ਤੇ ਜੋ ਅਸੀਂ ਲਾਈਵ ਦੇਖ ਰਹੇ ਉਹਦੇ ਚਾ ਸਾਨੂੰ ਇਹ ਜੱਜਮੈਂਟ ਨਹੀਂ ਹੁੰਦੀ ਵੀ ਉਹ ਇਹ ਚੀਜ਼ ਵੀ ਕਰ ਰਹੇ ਨੇ ਪਰ ਉਹ ਕਰਦੇ ਨਹੀਂਦਾ ਮੈਂ ਆਹ ਟਿਊਨ ਵਜਾ ਰਿਹਾ ਸੀ ਹੁਣ ਮੈਂ ਆਹ ਉਂਗਲ ਲਗਾ ਕੇ ਸਟਾਪ ਕਰੂੰਗਾ ਤਾਂ ਦੇਖੋ ਕਿੰਨਾ ਫਰਕ ਪਾ ਹੁਣ ਮੈਂ ਦੁਬਾਰਾ ਲਗਾਉਂਗਾ ਮਤਲਬ ਇੱਕ ਡਿਫਰੈਂਟ ਹੀ ਫੀਲ ਆ ਰਿਹਾ ਉਹ ਚੀਜ਼ ਦਾ ਜੋ ਆਪਾਂ ਇਹਦਾ ਟੱਚ ਕਰ ਰਹੇ ਹਾਂ ਇਕ ਜੇ ਤੋਂ ਮੈਂ ਮਤਲਬ ਇਹਨੂੰ ਸਟਾਪ ਕਰਦਾ ਤਾਂ ਇੱਕ ਹਲਕਾ ساਉਂਡ ਵੀ ਆਉਂਦਾ ਹੈ ਇਹ ਵਾਲਾ ਤਾਂ ਇੱਕ ਇਹ ਸਾਉਂਡ ਵੀ ਆਉਂਦਾ ਤੇ ਇੱਕ ਦੇ ਨਾਲ ਜੋ ਸਾਉਂਡ ਵਾਈਬ੍ਰੇਟ ਹੋ ਕੇ ਚੱਲਦਾ ਉਹ ਸਾਉਂਡ ਇੱਕਦਮ ਹੀ ਰੁਕ ਜਾਂਦਾ ਤੇ ਅਗਲੀ ਟਾਈਮ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਜਿਹੜਾ ਜੋ ਟ੍ਰਿਕ ਹੈ ਤੁਸੀਂ ਇਹਨੂੰ ਵੀ ਆਪਣੀ ਕ੍ਰੀਏਟੀਵਿਟੀ ਮੈਂ ਜੋ ਟ੍ਰਿਕ ਦੱਸ ਰਿਹਾ ਹਾਂ ਕੁਝ ਬੰਦੇ ਕਹਿਣਗੇ ਵੀਰੇ ਸਾਨੂੰ ਇਹਨੂੰ ਡੈਪਥ ਵਿੱਚ ਦੱਸੋ ਦੇਖੋ ਵੀਰੇ ਇਹਨੂੰ ਮੈਂ ਬਿਲਕੁਲ ਹੀਜ਼ਲੀ ਇਸ ਲਈ ਦੱਸ ਰਿਹਾ ਕਿਉਂਕਿ ਬਚਦਾ ਇਹ ਵੀਡੀਓ ਬਿਗਿਨਰ ਲਈ ਵੀ ਹੈ ਤੇ ਐਡਵਾਂਸ ਲਈ ਵੀ ਹੈ ਕਿਉਂਕਿ ਕਈ ਬੰਦੇ ਜੋ ਵਧੀਆ ਵਜਾ ਲੈਂਦੇ ਆ ਉਹਨਾਂ ਨੂੰ ਟ੍ਰਿਕ ਨਹੀਂ ਪਤਾ ਹੋਣੀ ਕੁਝ ਬੰਦੇ ਉਹਨਾਂ ਨੂੰ ਬਿਲਕੁਲ ਨਿਊ ਵੀ ਨੇ ਕੋਈ ਨਹੀਂ ਤੁਸੀਂ ਟ੍ਰਿਕ ਜਾਣ ਲਓ ਜਦੋਂ ਤੁਸੀਂ ਪ੍ਰੈਕਟਿਸ ਕਰਦੋਂ ਕਰੋਗੇ ਤਾਂ ਇਹੋ ਜਿਹੀ ਚੀਜ਼ਾਂ ਵਿੱਚ ਟ੍ਰਾਈ ਕਰੋਗੇ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਵਜਾ ਪਾਉਂਗੇ ਪ੍ਰੋਫੈਸ਼ਨਲੀ ਸੋ ਤੀਜੀ ਟ੍ਰਿਕ ਕੀ ਹੈ ਤੀਜੀ ਟ੍ਰਿਕ ਥੋੜੀ ਜੀ ਕੈਚੀ ਵੀ ਆ ਪਰ ਥੋੜੀ ਜੀ ਡਿਫਿਕਲਟ ਵੀ ਆ ਉਹਦੇ ਵਿੱਚ ਕੀ ਨਾ ਉਹ ਕਹਿੰਦੇ ਸਲਾਈਡ ਸੋ ਜੋ ਪ੍ਰੋਫੈਸ਼ਨਲ ਸਿੰਗਰ ਨੇ ਉਹ ਗਾਣਿਆਂ ਵਿੱਚ ਉਹਨੇ ਅਕਸਰ ਵਿੱਚ ਸੁਣਿਆ ਹੋਊਗਾ ਗਾਣੇ ਵਿੱਚ ਵਜਾਉਂਦੇ ਵੀ ਆਉਂਦੀ ਇੱਕ ਸਲਾਈਡ ਸਾਊਂਡ ਹੁੰਦਾ ਜਿੱਦਾਂ ਇਹ ਵਾਲਾ ਸਾਊਂਡ ਇਹ ਵਾਲਾ ਸਾਊਂਡ ਸੁਣਨ ਵਿੱਚ ਕਾਫੀ ਕੈਚੀ ਜਿਹਾ ਲੱਗਦਾ ਤੇ ਇੱਕ ਤਰ੍ਹਾਂ ਦਾ ਫਿਲ ਅਪ ਦਿੰਦਾ ਮੰਨ ਲਓ ਕਿ ਚਲੋ ਤੁਸੀਂ ਕੋਈ ਗਾਣਾ ਵਜਾ ਰਹੇ ਹੋ ਠੀਕ ਹੈ ਇੱਕ ਨਾਰਮਲ ਵੀਟ ਚੱਲ ਰਹੀ ਹੈ ਜਦੋਂ ਇੱਕਦਮ ਇਹ ਆ ਜਾਂਦਾ ਤਾਂ ਉਹ ਇੱਕ ਫਿਲ ਅਪ ਦਿੰਦਾ ਹੈ ਇਹ ਜ਼ਿਆਦਾਤਰ ਮੈਂ بس ਇਹਦਾ ਹਰ ਕੋਈ ਯੂਜ਼ ਕਰ ਲੈਂਦਾ ਇਹ ਮੈਂ ਜਤਿੰਦਰ ਦਿਮਾਨ ਵਾਈ ਜ਼ਿਆਦਾ ਯੂਜ਼ ਕਰਦਾ ਸੁਣਿਆ ਨਾ ਵੈਸੇ ਹਰ ਕੋਈ ਤੁੰਬੀ ਪਲੇਅਰ ਇਹ ਯੂਜ਼ ਕਰਦਾ ਹੈ ਤਾਂ ਇਹਦੀ ਪ੍ਰੈਕਟਿਸ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਕੋਈ ਬਹੁਤ ਵੱਡੀ ਗੱਲ ਨਹੀਂ ਇਹਨੂੰ ਮਤਲਬ ਨੀਚੇ ਐਦਾਂ ਮਾਰਨਾ ਠੀਕ ਹੈ ਰੱਖ ਕੇ ਉਦੋਂ ਆਚ ਇਹਨੂੰ ਅੱਗੇ ਕਰਨਾ ਇਹ ਚੀਜ਼ ਨੂੰ ਅੱਗੇ ਕਰਨਾ ਇਹਨੂੰ ਅੱਗੇ ਕਰਦਾ ਵੀ ਹੱਥ ਨੂੰ ਬਿਲਕੁਲ ਫ੍ਰੀ ਰੱਖਣਾ ਇਹਨੂੰ ਐਦਾਂ ਫੜਨਾ ਨਹੀਂ ਤੁੰਬੀ ਨੂੰ ਹਲਕਾ ਫ੍ਰੀ ਰੱਖਣਾ ਤੇ ਜਦੋਂ ਇਦਦਰ ਟੱਚ ਕਰਨੀ ਹੈ ਤਾਂ मतलब काफी इजी ਐ ਇੰਨੀ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਤੁਸੀਂ ਨੇ ਜਦੋਂ ਇਹਨੂੰ ਇਦਾਂ ਟੱਚ ਕਰਨਾ ਤਾਂ मतलब ਆ ਉਂਗਲ ਰੱਖੀ ਹੋਈ ਨੇ ਟੱਚ ਕਰਨਾ ਤਾਂ ਬਸ ਤੁਸੀਂ ਨੇ ਇਹਨੂੰ ਅੱਗੇ ਜਾਂ ਥੋੜਾ ਬਹੁਤ ਅੱਗੇ ਪਿੱਛੇ ਕਰ ਸਕਦੇ ਹੋ ਤੁਹਾਡੀ ਸਲਾਈਡ ਦੇ ਹਿਸਾਬ ਨਾਲ ਹੀ ਸਾਊਂਡ ਆਊਗਾ ਜਦੋਂ ਤੁਸੀਂ ਇਹਨੂੰ ਇੱਧਰ ਲੈ ਕੇ ਜਾਓਗੇ ਤਾਂ ਉਹ ਸਾਊਂਡ ਜਿਹੜਾ ਉਹ मतलब ਬਰੀਕ ਹੁੰਦਾ ਜਾਊਗਾ ਜਦੋਂ ਵਾਪਸ ਲੈ ਕੇ ਜਾਓਗੇ ਤਾਂ ਇੱਕ ਭਾਰੀ ਹੁੰਦਾ ਰਹੂਗਾ ਤਾਂ ਉਹ ਪਤਲਾ ਤੇ ਭਾਰੀ ਦਾ ਜਿਹੜਾ ਸਾਊਂਡ ਦਾ ਉਹ ਸਲਾਈਡ ਐ ਉਹ ਸਾਨੂੰ ਸੁਣਾਈ ਦੇਊਗੀ ਤੇ ਕਾਫੀ ਗਾਣੇ ਦੇ ਵਿੱਚ ਨੂੰ ਫਿਲ ਅਪ ਇਦਾਂ ਫਿਲਪ ਦੇ ਲਈ ਯੂਜ਼ ਕੀਤਾ ਜਾਂਦਾ ਹੈ ਤਾਂ ਇਹ ਵੀ ਪ੍ਰੋਫੈਸ਼ਨਲ ਜੋ ਟੂਬੀ ਪਲੇਅਰਸ ਨੇ ਉਹਨਾਂ ਦੁਆਰਾ ਯੂਜ਼ ਕੀਤਾ ਜਾਂਦਾ ਹੈ ਤੇ ਅੱਜ ਦੀ ਵੀਡੀਓ ਲਈ ਆਪਾਂ ਤੈੰਨੀ ਮਤਲਬ ਗੱਲ ਕਰਨੀ ਸੀ ਤੈੰਨੀ ਟ੍ਰਿਕਸ ਬਾਰੇ ਤਾਂ ਹੋਰ ਵੀ ਇਦਾਂ ਦੀ ਬਹੁਤ ਸਾਰੀ ਟ੍ਰਿਕਸ ਨੇ ਜੋ ਆਪਾਂ ਨੂੰ ਪਤਾ ਨੇ ਤੇ ਉਹਦੇ ਬਾਰੇ ਆਪਾਂ ਗੱਲ ਕਰਿਆ ਕਰਾਂਗੇ ਤਿੰਨ ਤਿੰਨ ਟ੍ਰਿਕਸ ਅਗਰ ਤੁਹਾਨੂੰ ਇਹ ਟ੍ਰਿਕਸ ਵਧੀਆ ਲੱਗੀਆਂ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਜੇ ਇਦਾਂ ਦੀ ਕੋਈ ਹੋਰ ਵੀਡੀਓ ਚਾਹੀਦੀ ਹੈ ਤਾਂ ਉਹ ਵੀ ਕਮੈਂਟ ਕਰ ਦਿਓ ਕੋਈ ਤੁਹਾਡਾ ਸਵਾਲ ਹੋਵੇ ਤਾਂ ਉਹ ਵੀ ਕਮੈਂਟ ਕਰ ਦਿਓ ਲਾਈਕ ਦਾ ਏਮ ਹੁਣ ਮੈਂ ਦੱਸ ਨਹੀਂ ਹਟ ਗਿਆ ਕਿਉਂਕਿ ਤੁਸੀਂ ਪੂਰਾ ਤਾਂ ਕਰਦੇ ਨਹੀਂ ਮੈਂ 25 ਲਾਈਕ 30 ਲਾਈਕ ਕਹਿਦਾ ਨਾ ਤੁਸੀਂ ਉਹ ਵੀ ਨਹੀਂ ਪੂਰਾ ਕਰਦੇ ਹਲੇ ਤੱਕ ਸਿਰਫ ਇੱਕ ਲੈਸਨ ਹੈ ਜਿਹਨੂੰ 31 ਲਾਈਕ ਆਏ ਨੇ ਉਹਦਾ ਮੈਂ ਏਮ ਦਿੱਤਾ ਹੀ 50 ਲਾਈਕ ਦਾ ਉਹ ਵੀ ਤੁਸੀਂ ਪੂਰਾ ਨਹੀਂ ਕੀਤਾ ਚਲੋ ਇਹਦਾ ਵੀ ਦੇਖਦੇ ਆ ਕਿੰਨਾ ਕਰਦੇ ਹੋ ਜਿੰਨਾ ਕਰਦੇ ਹੋ ਉਨੇ ਚੰਗਾ ਤੇ ਹਾਂ ਸਬਸਕ੍ਰਾਈਬ ਜੇ ਕੋ ਤੇ ਐਦਾਂ ਦੀਆਂ ਹੋਰ ਕਾਫੀ ਵੀਡੀਓ ਆਪਾਂ ਚੈਨਲ ਤੇ ਪਾ ਚੁੱਕੇ ਆਈ ਥਿੰਕ ਇਹ 13ਵੀਂ 14ਵੀਂ ਵੀਡੀਓ ਹੋਗੀ ਤਾਂ ਐਦਾਂ ਦੀਆਂ ਹੋਰ ਵੀਡੀਓ ਵੀ ਤੁਸੀਂ YouTube ਮਤਲਬ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਇੱਕ ਪਲੇਲਿਸਟ ਵੀ ਬਣਾਈ ਹੋਏ ਤੇ ਵੀ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਮਿਲਦੇ ਆਂ ਐਵੇਂ ਨੈਕਸਟ ਲੈਸਨ ਵਿੱਚ ਤੇ ਯਾਰ ਕੋਈ ਮਤਲਬ ਕੋਈ ਵੀ ਸਵਾਲ ਹੋ ਜਰੂਰ ਕਮੈਂਟ ਚ ਕਰਿਓ ਕਿਉਂਕਿ ਮੇਰੀ ਸੀਰੀਜ਼ ਆਲਮੋਸਟ ਕੰਪਲੀਟ ਹੁੰਦੀ ਦਿਖ ਰਹੀ ਹੈ ਜੇ ਮੈਨੂੰ ਕੋਈ ਸਵਾਲ ਨਾ ਲੱਗਿਆ ਤਾਂ ਮੈਂ ਸੀਰੀਜ਼ ਖਤਮ ਕਰ ਦੂੰਗਾ ਅਗਰ ਮੈਨੂੰ ਲੱਗਿਆ ਵੀ ਹਲੇ ਬਹੁਤ ਸਾਰੇ ਸਵਾਲ ਲੋਕਾਂ ਨੇ ਪਏ ਆ ਤਾਂ ਮੈਂ ਸੀਰੀਜ਼ ਕੰਟੀਨਿਊ ਰੱਖੂੰਗਾ ਤਾਂ ਆਪ ਦਾ ਕਮੈਂਟ ਜਰੂਰ ਕਰੋ ਕੋਈ ਦਾ ਕੋਈ ਸਵਾਲ ਕਮੈਂਟ ਕਰੋ ਤਾਂ ਜੋ ਆਪਾਂ ਉਹ ਤੇ ਵੀਡੀਓ ਬਣਾ ਸਕੀਏ ਤਾਂ ਮਿਲਦੇ ਆਪਾਂ ਨੈਕਸਟ ਲੈਸਨ ਵਿੱਚ ਉਹ ਤੱਕ ਲਈ ਪ੍ਰੈਕਟਿਸ ਕਰਦੇ ਰਹੋ ਸਟੇ ਟਿਊਨ ਥੈਂਕ ਯੂ